ਹਾਂਜੀ ਕਿਸਾਨ ਵੀਰੋ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਜਿਹੜੇ ਕਿਸਾਨ ਵੀਰ ਚੈਨਲ 'ਤੇ ਪਹਿਲੀ ਵਾਰ ਆਏ ਨੇ, ਕਿਰਪਾ ਕਰਕੇ ਆਪਣੇ ਚੈਨਲ ਖੇਤੀ ਜੰਕਸ਼ਨ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ, ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਅਤੇ ਕਿਸਾਨ ਵੀਰੋ, ਜਿੱਦਾਂ ਤੁਹਾਨੂੰ ਪਤਾ ਹੀ ਆਪਣਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਸਟਾਰਟਿੰਗ ਹੋ ਚੁੱਕੀ ਹੈ ਉਹਦੀ, ਅਤੇ ਤਕਰੀਬਨ ਆਪਣੇ ਬਾਸਮਤੀ ਵਰਾਇਟੀਆਂ ਨੇ ਜਿਹੜੀਆਂ ਉਹ ਤਾਂ ਸਾਰੀਆਂ ਵਧੀਆ ਜਿੱਦਾਂ ਕਹਿ ਦਈਏ ਵਾਢੀ ਚੱਲ ਪਈ ਉਹਨਾਂ ਦੀ ਤਾਂ, ਅਤੇ ਜਿਹੜੀਆਂ ਆਪਣੀਆਂ ਨੋਰਮਲ ਪਰਮਲ ਵਰਾਇਟੀਆਂ ਨੇ ਉਹਨਾਂ ਦੀ ਵਾਢੀ ਹਜੇ ਤੱਕ ਕਿਸਾਨ ਵੀਰੋ ਨਹੀਂ ਚੱਲੀ। ਅਤੇ ਜਿਹੜਾ ਇੱਕਾ ਦੁੱਕਾ ਜਗ੍ਹਾ 'ਤੇ ਕਿਸਾਨ ਵੀਰਾਂ ਨੇ ਵਾਢੀ ਸ਼ੁਰੂ ਵੀ ਕਰੀ ਹੈ, ਜਿੱਦਾਂ PR 126 ਦੀ, ਉਹਨਾਂ ਨੇ ਵੀ ਜਿਹੜਾ ਮੰਡੀ ਦੇ ਵਿੱਚ ਝੋਨਾ ਪ੍ਰੋਪਰ ਨਹੀਂ ਲੈ ਕੇ ਗਏ ਉਹ ਹਜੇ ਤੱਕ, ਕਿਉਂਕਿ ਮੰਡੀਆਂ ਦੇ ਵਿੱਚ ਜਿਹੜੀ ਸਥਿਤੀ ਆ ਤੁਹਾਨੂੰ ਪਤਾ ਹੀ ਹੈ, ਅਤੇ ਉਹ ਸਥਿਤੀ ਤੋਂ ਡਰਦੇ ਹੋਏ ਉਹ ਝੋਨਾ ਜਿਹੜਾ ਮੰਡੀ ਦੇ ਵਿੱਚ ਨਹੀਂ ਲੈ ਕੇ ਗਏ। ਅਤੇ ਗੱਲ ਕਿਸਾਨ ਵੀਰੋ ਆਪਾਂ ਕਰਨੀ ਹੈ ਅੱਜ, ਜਿਹੜਾ ਆਪਣੇ ਝੋਨਾ ਹੁਣ ਵੱਢਿਆ ਜਾ ਰਿਹਾ, ਚਾਹੇ ਉਹ ਬਾਸਮਤੀ ਹੈ ਚਾਹੇ ਉਹ ਦੂਸਰਾ, ਅਤੇ ਉਹਦੇ ਆਪਾਂ ਜਿੱਦਾਂ ਕਹਿੰਦੇ ਝਾੜ ਦੇ ਬਾਰੇ ਗੱਲਬਾਤ ਕਰਨੀ ਹੈ। ਕਿਉਂਕਿ ਦੇਖੋ, ਚਲੋ ਜਿਹੜਾ ਮੰਡੀ ਵਾਲਾ ਸਿਸਟਮ ਆਪਾਂ ਕਹਿ ਸਕਦੇ ਹਾਂਗੇ, ਕਿਤੇ ਕਿਤੇ ਕਿਸਾਨ ਵੀਰੋ ਉਹ ਵੀ ਦੁਖਦਾਇਕ ਗੱਲ ਆ ਆਪਣੇ ਲਈ, ਕਿਉਂਕਿ ਸੀਜ਼ਨ ਸਿਰ 'ਤੇ ਖੜ੍ਹਾ ਹੈ, ਅਤੇ ਉਹਦੇ ਨਾਲ ਵੀ ਆਪਣੇ ਕਿਸਾਨ ਭਰਾਵਾਂ 'ਤੇ ਬਹੁਤ ਬੁਰਾ ਅਸਰ ਜਿੱਦਾਂ ਕਹਿੰਦੇ ਆਪਣੀ ਕਿਸਾਨੀ ਦੇ ਉੱਪਰ ਪੈਂਦਾ ਹੈ, ਵੀ ਸੀਜ਼ਨ ਸਿਰ 'ਤੇ ਖੜ੍ਹਾ, ਅਤੇ ਆਪਾਂ ਪ੍ਰਬੰਧ ਨੇ ਜਿਹੜੇ ਉਹਨਾਂ 'ਤੇ ਵੀ ਸਵਾਲ ਉੱਠ ਰਹੇ ਨੇ, ਅਤੇ ਦੂਜੇ ਨੰਬਰ 'ਤੇ ਖਰੀਦ ਸੰਬੰਧੀ ਅਤੇ ਲੇਬਰ ਚੁਕਾਈ ਸੰਬੰਧੀ ਵੀ ਸਵਾਲ ਉੱਠ ਰਹੇ ਨੇ। ਅਤੇ ਬਾਕੀ ਝਾੜ ਦੇ ਵੀ ਕਿਸਾਨ ਵੀਰਾਂ ਨੂੰ ਥੋੜ੍ਹੀ ਜਿਹੀ ਜਿੱਦਾਂ ਕਹਿ ਦਈਏ ਕਿ ਔੜ ਵਗੈਰਾ ਚੱਲਣ ਕਰਕੇ ਮਨ 'ਚ ਸ਼ੰਕਾ ਸੀਗੀ, ਪਰ ਮੈਂ ਕਿਸਾਨ ਵੀਰੋ ਤੁਹਾਡੇ ਨਾਲ, ਚਲੋ ਜਿਹੜੇ ਬਾਸਮਤੀ ਵਰਾਇਟੀਆਂ ਦੇ ਝਾੜ ਆ ਰਹੇ ਨੇਗੇ, ਕਿਉਂਕਿ ਜਿਹੜੀਆਂ ਇਹ ਬਾਸਮਤੀ ਵਰਾਇਟੀਆਂ ਨੇ ਜੂਨ ਮਹੀਨੇ ਵਾਲੀਆਂ ਨੇ ਕਿਸਾਨ ਵੀਰੋ, ਜੂਨ ਮਹੀਨੇ ਵਾਲੀਆਂ ਵਰਾਇਟੀਆਂ ਦੇ ਝਾੜ ਨੋਰਮਲ ਹੀ ਹੁੰਦੇ ਨੇ, ਹਾਈਐਸਟ ਨਹੀਂ ਹੁੰਦੇ, ਜਿੱਦਾਂ ਆਪਾਂ ਕਹਿ ਦਈਏ ਹਾਈ ਯੀਲਡ ਨਹੀਂ ਦਿੰਦੀਆਂ ਜੂਨ ਮਹੀਨੇ ਦੀਆਂ ਵਰਾਇਟੀਆਂ ਜਿਹੜੀਆਂ, ਉਹ ਨੋਰਮਲ ਇਹ ਝਾੜ ਆਪਾਂ ਨੂੰ ਦਿੰਦੀਆਂ ਨੇ। ਉਹਦੇ 'ਚ ਕਿਸਾਨ ਵੀਰੋ ਮੈਂ ਬਾਸਮਤੀਆਂ ਦਾ ਵੀ ਸ਼ੇਅਰ ਕਰੂੰ, ਅਤੇ ਜਿਹੜਾ ਇੱਕਾ ਦੁੱਕਾ ਕੋਈ ਆਪਣੇ ਜਿੱਦਾਂ ਯਾਰਾਂ ਦੋਸਤਾਂ ਨੇ PR 126 ਵੱਢੀ ਹੈ ਅਤੇ ਕੰਡਾ ਕਰਕੇ ਸਿੱਧੀ ਸੈਲਰ ਦੇ ਵਿੱਚ ਲਾਹੀ ਹੈ, ਉਹਨਾਂ ਦਾ ਵੀ ਤੁਹਾਡੇ ਨਾਲ ਝਾੜ ਮੈਂ ਸ਼ੇਅਰ ਕਰ ਦਾਂਗਾ, ਅਤੇ ਮੋਇਸਚਰ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਮੈਂ ਉਹਦਾ। ਅਤੇ ਗੱਲ ਕਿਸਾਨ ਵੀਰੋ ਆ ਜਾਂਦੀ ਆ, ਜਿੱਦਾਂ ਕਹੀ ਆਪਾਂ 1509 ਦੀ, ਪਹਿਲਾਂ 1509 ਦਾ ਕਿਸਾਨ ਵੀਰੋ ਜਿਹੜਾ ਹਾਈਐਸਟ ਯੀਲਡ ਹੈਗਾ, ਤੁਹਾਨੂੰ ਨੋਰਮਲ ਪਤਾ ਵੀ 25-26 ਕੁਇੰਟਲ ਵਾਲੀ ਤਾਂ ਇਹ ਪੂਰਾ ਚੋਟੀ ਦਾ ਆਪਾਂ ਕਹਿ ਦਿੰਦੇ ਹਾਂਗੇ, ਪਰ ਕਿਸਾਨ ਵੀਰਾਂ ਦੇ ਦੱਸਣ ਮੁਤਾਬਕ ਇਹਦਾ ਜਿਹੜਾ ਝਾੜ ਆਪਾਂ ਨੂੰ ਮਿਲ ਰਿਹਾ ਜੂਨ ਮਹੀਨੇ ਵਾਲੀ ਦਾ ਕਿਸਾਨ ਵੀਰੋ, ਉਹ ਮਿਲ ਰਿਹਾ ਹੈਗਾ 20-21 ਕੁਇੰਟਲ ਤੋਂ ਲੈ ਕੇ 24-25 ਕੁਇੰਟਲ ਤੱਕ, 24 ਕੁਇੰਟਲ ਤੱਕ, 24.5 ਤੱਕ, ਅਤੇ 16-92 ਦਾ ਵੀ ਕਿਸਾਨ ਵੀਰੋ ਝਾੜ ਜਿਹੜਾ ਇੰਨੇ ਹੀ ਮਿਲ ਰਿਹਾ, ਉਹਦਾ 25 ਤੋਂ ਪਲੱਸ ਵੀ ਇੱਕ ਅੱਧੇ ਜਗ੍ਹਾ 'ਤੇ ਆਪਾਂ ਨੂੰ ਨੋਟ ਮਿਲਿਆ। 1847 ਦਾ ਜਿਹੜਾ ਝਾੜ ਹੈ ਕਿਸਾਨ ਵੀਰੋ, ਤੁਹਾਨੂੰ ਪਤਾ ਉਹ 25 ਕੁਇੰਟਲ ਦੇ ਨੋਰਮਲ ਆਸ ਪਾਸ ਹੀ ਰਹਿੰਦੀ ਆ। ਅਤੇ ਜਿਹੜਾ ਕਿਸਾਨ ਵੀਰੋ PR 126 ਦਾ ਝਾੜ ਆਪਾਂ ਨੂੰ ਕਿਸਾਨ ਵੀਰਾਂ ਨੇ ਦੱਸਿਆ ਗਾ, ਉਹ ਉਹਨਾਂ ਦੇ ਦੱਸਣ ਮੁਤਾਬਕ
31 ਕੁਇੰਟਲ ਤੋਂ ਲੈ ਕੇ 33 ਕੁਇੰਟਲ ਤੱਕ ਝਾੜ ਆ ਜਿਹੜਾ ਉਹ ਮਿਲਿਆ ਉਹਨਾਂ ਨੂੰ। ਅਤੇ ਇਹ ਚੀਜ਼ ਤੋਂ ਇਹੀ ਸਿੱਧ ਹੁੰਦਾ ਕਿਸਾਨ ਵੀਰੋ ਵੀ ਜਿਹੜਾ ਝਾੜ ਆਪਾਂ ਨੂੰ ਵਰਾਇਟੀਆਂ ਦਾ ਵਧੀਆ ਹੀ ਦੇਖਣ ਨੂੰ ਮਿਲੂਗਾ, ਹਾਈਬ੍ਰਿਡ ਵਰਾਇਟੀਆਂ ਦਾ ਝਾੜ ਵੀ ਜਿਹੜਾ 32-33 ਕੁਇੰਟਲ ਤੱਕ 35 ਤੱਕ ਨੋਰਮਲ ਮਿਲ ਰਿਹਾ ਗਾ ਜਿਹੜੀਆਂ ਹਾਈਬ੍ਰਿਡ ਕਿਸਮਾਂ ਨੇ ਆਪਣੇ। ਅਤੇ ਝਾੜ ਸੰਬੰਧੀ ਕਿਸਾਨ ਵੀਰੋ ਖੁਸ਼ਖਬਰੀ ਹੈ ਜਿੱਦਾਂ ਆਪਾਂ ਕਹਿ ਦਈਏ, ਕਿਉਂਕਿ ਜੂਨ ਮਹੀਨੇ ਦੀਆਂ ਵਰਾਇਟੀਆਂ ਦਾ ਜੇ ਦੇਖੀਏ 1509 ਵਗੈਰਾ ਦਾ, 1692 ਦਾ ਜਾਂ PR 126 ਦਾ ਇੰਨਾ ਝਾੜ ਮਿਲਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ। ਖਾਸ ਕਰ 1509 ਜਿਹੜੀ ਕਿਸਾਨ ਵੀਰੋ ਜੂਨ ਮਹੀਨੇ ਵਾਲੀ ਇਹ ਨੋਰਮਲ 20-20 ਕੁਇੰਟਲ 'ਤੇ ਰਹਿ ਜਾਂਦੀ ਆ। ਅਤੇ ਜਿਹੜਾ ਇਹਦਾ ਝਾੜ ਆਪਾਂ ਨੂੰ ਹੁਣ ਦੱਸ ਰਹੇ ਨੇ ਕਿਸਾਨ ਵੀਰ, ਤਕਰੀਬਨ 20-22 ਕੁਇੰਟਲ ਦਾ ਤੋਂ ਲੈ ਕੇ 23-24 ਕੁਇੰਟਲ ਨੋਰਮਲ ਝਾੜ ਦੱਸ ਰਹੇ ਨੇ, ਪਰ ਇਹਦਾ ਰੇਟ ਆ ਜਿਹੜਾ ਕਿਸਾਨ ਵੀਰੋ ਬਹੁਤ ਘੱਟ ਮਾਰ ਪਾ ਰਿਹਾ ਕਿਸਾਨ ਵੀਰਾਂ ਨੂੰ। ਇਹਦੇ ਰੇਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਜ਼ਿਆਦਾਤਰ ਜਿਹੜੀਆਂ ਢੇਰੀਆਂ ਨੇ 2600-2700 ਵਾਲੀਆਂ ਹੀ ਨੇ ਕਿਸਾਨ ਵੀਰੋ, ਜਿਹਦੇ ਨਾਲ ਕਿ ਤਕਰੀਬਨ ਆਪਣਾ ਜਿਹੜਾ ਖਰਚਾ ਬਹੁਤ ਵੱਧ ਹੋਇਆ ਹੋਇਆ ਅਤੇ ਝਾੜ ਆਪਾਂ ਨੂੰ ਠੀਕ ਮਿਲਿਆ ਅਤੇ ਰੇਟ ਦੇ ਸਿਰ 'ਤੇ ਆਪਣਾ ਜਿਹੜਾ ਝੋਨਾ ਪਰਮਲ ਦੇ ਨਾਲੋਂ ਘੱਟ ਰਿਹਾ ਇਹ। ਤਾਂ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਨੂੰ ਇਹ ਗੱਲਾਂ ਬਾਤਾਂ ਕਰੀਆਂ ਨੇ, ਤੁਹਾਡੇ ਨਾਲ ਜਾਣਕਾਰੀ ਦਿੱਤੀ ਆ, ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇਸੇ ਤਰ੍ਹਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ, ਸਪੋਰਟ ਕਰਦੇ ਰਹੋ। ਧੰਨਵਾਦ।